ਕਨਵਰਟ ਦਾ ਫੋਲੋਇੰਗ ਪੈਸੇ ਇੰਟੂ ਰੁਪੀਸ ਸੋ ਆ ਸਾਨੂੰ ਪੈਸੇ ਦਿੱਤੇ ਹੋਏ ਆ ਇਹਨਾਂ ਨੂੰ ਅਸੀਂ ਰੁਪੀਸ ਦੇ ਵਿੱਚ ਕਨਵਰਟ ਕਰਨਾ ਆ ਫਰਸਟ ਸਮ ਹੈਗਾ 700 ਦੇਖੋ ਜਦੋਂ ਪੈਸੇ ਨੂੰ ਰੁਪੀਸ ਦੇ ਵਿੱਚ ਕਨਵਰਟ ਕਰਨਾ ਉਦੋਂ ਆਪਾਂ 100 ਦੇ ਨਾਲ ਡਿਵਾਈਡ ਕਰੀਦਾ ਆ ਠੀਕ ਹੈ ਕਿਉਂਕਿ 1 ਰੁਪੀਸ ਦੇ ਵਿੱਚ 100 ਪੈਸੇ ਹੁੰਦੇ ਆ ਠੀਕ ਹੈ ਸੋ ਜਦੋਂ ਆਪਾਂ ਪੈਸੇ ਨੂੰ ਰੁਪੀਸ ਵਿੱਚ ਕਨਵਰਟ ਕਰਨਾ ਆ ਤੇ ਇਹ ਜਿਹੜੇ 100 ਆ ਨਾ ਉਹ ਇਧਰ ਆ ਕੇ ਡਿਵਾਈਡ ਹੋ ਜਾਂਦੇ ਇਦਾਂ ਠੀਕ ਹੈ ਸੋ ਇਸ ਕਰਕੇ 1 ਪੈਸਾ ਜਿਹੜਾ ਹੈਗਾ ਉਹ 1/100 ਰੁਪੀਸ ਦੇ ਇਕੁਅਲ ਆ ਜਾਂਦਾ ਸੋ ਡਿਵਾਈਡ ਕਰਨਾ ਹੁੰਦਾ ਸੀ ਇਹਨਾਂ ਨੂੰ ਸੋ ਐਸ ਦੇਖੋ ਹੁਣ ਐ ਜ਼ੀਰੋ ਨਾਲ ਜ਼ੀਰੋ ਕੈਨਸਲ ਐ ਜ਼ੀਰੋ ਨਾਲ ਜ਼ੀਰੋ ਕੈਨਸਲ ਸਾਡੇ ਕੋ 7 ਰੁਪੀਸ ਜਿਹੜਾ ਉਹ ਬਚ ਗਿਆ ਤੁਸੀਂ ਜ਼ੀਰੋ ਤੇ ਨਾਲ ਜ਼ੀਰੋ ਜਿਹੜੀਆਂ ਕੈਨਸਲ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ 925 ਨੂੰ 100 ਦੇ ਨਾਲ ਡਿਵਾਈਡ ਕਰਨਾ ਬਟ ਹੁਣ ਜੇ ਆਪਾਂ ਦੇਖੀਏ ਇੱਥੇ ਤੋਂ ਉੱਪਰ ਜ਼ੀਰੋਜ਼ ਹੈ ਹੀ ਨਹੀਂ ਆ ਜਦੋਂ ਉੱਪਰ ਜ਼ੀਰੋਜ਼ ਨਾ ਹੋਣ ਫਿਰ ਤੁਹਾਨੂੰ ਮੈਂ ਇੱਕ ਮੈਥਡ ਸਿਖਾਇਆ ਹੋਇਆ ਕਿ نیچے ਜਿੰਨੀਆਂ ਹੀ ਜ਼ੀਰੋਆਂ ਹੋਣ ਉਹਨੇ ਉੱਪਰ ਪਿੱਛੋਂ ਡਿਜੀਟ ਛੱਡ ਕੇ ਪੁਆਇੰਟ ਲਗਾਉਣਾ ਹੁੰਦਾ نیچے 2 ਜ਼ੀਰੋਜ਼ ਆ ਇਸ ਕਰਕੇ ਆਪਾਂ ਉੱਪਰ ਵਾਲਾ 925 ਆ ਨਾ ਉਹਨੂੰ ਲਾਸਟ ਤੋਂ 2 ਡਿਜੀਟ ਛੱਡ ਕੇ ਇੱਥੇ ਪੁਆਇੰਟ ਲਾ ਦੇਣਾ ਤੇ ਇਹ ਸਾਡਾ ਰੁਪੀਏ ਦੇ ਵਿੱਚ ਕਨਵਰਟ ਹੋ ਚੁੱਕਾ ਆ ਕਿਉਂਕਿ ਇਹ ਰੁਪੀਏ ਹੁੰਦੇ ਤੇ ਇਹ ਜਿਹੜੇ ਹੁੰਦੇ ਉਹ ਪੈਸੇ ਹੁੰਦੇ ਆ ਠੀਕ ਹੈ ਸੋ ਇਸ ਫਾਰਮ 'ਚ ਵੀ ਇਹਨਾਂ ਨੂੰ ਅਸੀਂ ਲਿਖ ਸਕਦੇ ਆ ਨੈਕਸਟ 900 ਨਾਲ ਡਿਵਾਈਡ ਕਰਨ ਤੇ ਥੱਲੇ ਫੇਰ 2 ਜ਼ੀਰੋਜ਼ ਆ ਇਸ ਕਰਕੇ ਪਿੱਛੋਂ 2 ਡਿਜੀਟ ਗਿਣ ਕੇ ਇੱਥੇ ਪੁਆਇੰਟ ਲਗਾ ਦੇਣਾ ਨੈਕਸਟ 100 ਨਾਲ ਡਿਵਾਈਡ ਕੀਤਾ ਫਿਰ ਤੋਂ ਥੱਲੇ 2 ਜ਼ੀਰੋਜ਼ ਇਸ ਕਰਕੇ ਪਿੱਛੋਂ 2 ਡਿਜੀਟ ਗਿਣ ਕੇ ਪੁਆਇੰਟ ਲਗਾ ਦੇਣਾ ਰੁਪੀਜ਼ ਨਾਲ ਜ਼ਰੂਰ ਲਿਖਿਆ ਕਰੋ ਇਹ ਰੁਪੀਜ਼ ਦਾ ਸਾਈਨ ਹੁੰਦਾ ਆ ਹਿੰਦੀ ਵਾਲਾ ਰ ਹੁਣ ਇਹਦੇ ਵਿੱਚ ਆ ਵੀ 2 ਜ਼ੀਰੋਜ਼ ਆ ਗੀਆਂ ਆ ਵੀ 2 ਜ਼ੀਰੋਜ਼ ਆ ਗੀਆਂ ਠੀਕ ਹੈ ਸੋ ਸਾਡੇ ਕੋਲ ਰੁਪੀਏ 45 ਬਚ ਗਏ ਸੋ ਜਦੋਂ ਜ਼ੀਰੋਜ਼ ਆਦੇ ਨਾ ਉਦੋਂ ਜ਼ੀਰੋ ਕੱਟ ਕਰ ਦਿਆ ਕਰੋ ਜਦੋਂ ਜ਼ੀਰੋਜ਼ ਨਾ ਆਉਣ ਉਹ ਤਾਂ ਪੁਆਇੰਟ ਦੇ ਵਿੱਚ ਲਿਖਿਆ ਕਰੋ